ਦੋਸਤੋ ਅੱਜ ਜਿਸੀ ਪਹੁੰਚੇ ਆ ਪਲੈਟੀਨਮ ਜਿਮ ਸਰੀ ਦੇ ਵਿੱਚ ਤੇ ਗੱਲਬਾਤ ਕਰਨੀ ਆ ਹਰਦੀਪ ਸਿੰਘ ਸਹੋਤਾ ਦੇ ਨਾਲ ਆ ਆਮ ਤੌਰ ਤੇ ਹਰਦੀਪ ਸਹੋਤਾ ਦੇ ਨਾਲ ਅਸੀਂ ਗੱਲਬਾਤ ਕਰਦੇ ਆ ਰੋਲ ਅਕੈਡਮੀ ਆਫ ਭੰਗੜਾ ਦੇ ਵਿੱਚ ਡਾਂਸਸ ਬਾਰੇ ਬਹੁਤ ਵਾਰੀ ਗੱਲਬਾਤ ਕੀਤੀ ਆ ਪਰ ਇੱਥੇ ਗੱਲ ਕਰਨ ਦਾ ਸੁਭਾਅ ਇਹ ਆ ਕਿ ਉਹ ਪਿਛਲੇ ਦਿਨੀ ਵਿਕਟੋਰੀਆ ਦੇ ਵਿੱਚ ਬਾਡੀ ਬਿਲਡਿੰਗ ਦੇ ਕੰਪੀਟੀਸ਼ਨ ਲੜ ਕੇ ਆਏ ਆ ਆ ਬਿਲਕੁਲ ਭੰਗੜੇ ਵਾਲੇ ਹਰਦੀਪ ਸੋਤਾ ਬਾਡੀ ਬਿਲਡਿੰਗ ਦੇ ਕੰਪੀਟੀਸ਼ਨ ਲੜ ਕੇ ਆਏ ਆ ਉਹ ਵੀ ਐਸ ਵਿਲੇ ਜਦੋਂ ਉਮਰਦੇਸ 38 ਸਾਲ ਦੇ ਵਿੱਚ ਨੇ ਆ ਪ੍ਰੋਫੈਸ਼ਨਲ ਬਾਡੀ ਬਿਲਡਰ ਜਿਹੜੇ ਪਹਿਲਾਂ ਕਦੇ ਸੁਣੇ ਨਹੀਂ ਸੀ ਵੀ ਹਰਦੀਪ ਸੋਤਾ ਬਾਡੀ ਬਿਲਡਰ ਨੇ ਬਹਾਨਾ ਸਾਡੇ ਕੋਲ ਹਰਦੀਪ ਸੋਤੇ ਨਾਲ ਗੱਲਬਾਤ ਕਰਨ ਦਾ ਆ ਗੱਲ ਸੀ ਇਹ ਕਰਨੀ ਚਾਹੁੰਦੇ ਆ ਕਿ ਉਮਰਦੀ ਕੇਸ ਪੜਾ ਦੇ ਉੱਤੇ ਕੋਈ ਵਿਅਕਤੀ ਕਿਹੜੇ ਪਾਸੇ ਜਾ ਸਕਦਾ ਤੇ ਉੱਥੇ ਇੱਕ ਵੱਡੀ ਕਾਮਯਾਬੀ ਹਾਸਲ ਕਰ ਸਕਦਾ ਸੋਤਾ ਸਾਹਿਬ ਕਦੋਂ ਕਦੇ ਐਸ ਪਾਸੇ ਆਏ ਹੋ ਤੁਹਾਨੂੰ ਅਸੀਂ ਇੱਕ ਭੰਗੜਾ ਕੋਚ ਭੰਗੜਾ ਡਾਂਸਰ ਤੇ ਇਸ ਪਾਸੇ ਜਾਣਦੇ ਆ ਇਹ ਪਾਸਾ ਕਦੋਂ ਸ਼ੁਰੂ ਕੀਤਾ ਜੀ ਸਭ ਤੋਂ ਪਹਿਲਾਂ ਭਾਜੀ ਸਾਸ਼ਟਰੀ ਕਾਲ ਐਂਡ ਚੈਨਲ ਪੰਜਾਬੀ ਦਾ ਬਹੁਤ ਬਹੁਤ ਥੈਂਕ ਯੂ ਕਵਰ ਕਰਨ ਵਾਸਤੇ ਪਿਛਲੇ ਆ ਛੋਟੀ ਉਮਰ ਤੋਂ ਹੀ ਮੈਂ ਫਿਟਨੈਸ ਵਾਲੇ ਪਾਸੇ ਸੀਗਾ ਇੰਡੀਆ ਹੁੰਦਾ ਸੀਗਾ ਉਦੋਂ ਮਾਰਸ਼ਲ ਆਰਟਸ সুইਮਿੰਗ ਬਾਸਕਟਬਾਲ ਜੁਡੋ ਕਿੱਕਬਾਕਸਿੰਗ ਉਹਨਾਂ ਸਾਰਿਆਂ ਦੇ ਵਿੱਚ ਇਨਵੋਲਵ ਸੀਗਾ ਪਰ ਜਦੋਂ ਮੈਂ ਭੰਗੜੇ ਵਾਲੇ ਪਾਸੇ ਚਲਾ ਗਿਆ ਤੇ ਉਦੋਂ ਮੇਰਾ ਸਾਰਾ ਇੰਟਰਸਟ ਜਿਹੜਾ ਭੰਗੜੇ ਵਾਲੀ ਸਾਈਡ ਚੱਲ ਗਿਆ ਸੋ ਲਗਾਤਾਰ ਮੈਂ ਕਿਹੜੇ ਸਾਲ ਕੰਪੀਟ ਕੀਤਾ ਅਕੈਡਮੀ ਆਪਰੇਟ ਕਰਦਾ ਹੁਣ ਵੀ ਤੇ ਪਿਛਲੇ ਕੋਸਾ ਲਾ ਤੇ ਪਲੈਟਨਮ ਜੈਮਾ ਹੁਆ ਪਰ ਪਿਛਲੇ ਸਾਲ ਜਨਵਰੀ ਦੇ ਵਿੱਚ ਇੱਥੇ ਮੈਂ ਆਪਣਾ ਪ੍ਰੋਪਰ ਪ੍ਰੋਸੈਸ ਸ਼ੁਰੂ ਕੀਤਾ ਆਪਣੇ ਕੋਚ ਦੇ ਨਾਲ ਕੀਰੇ ਟਟਵਾਲ ਤੇ ਫਿਰ ਜਿਹੜਾ ਉਹਦਾ ਅੱਗੇ ਕੋਚ ਸੀਗਾ ਗੁਰਜਵਿਕ ਉਹਨੇ ਨਾਲ ਹੈਲਪ ਕੀਤੀ ਤੇ ਨਾਲ ਨਿਊਟ੍ਰੀਸ਼ਨ ਪਲਾਨ ਬਣਾਇਆ ਸਾਰਾ ਕੁਝ ਕੀਤਾ ਤੇ ਹੌਲੀ ਹੌਲੀ ਕਰਦੇ ਕਰਾਉਂਦੇ ਦਾ ਰਿਜ਼ਲਟ ਆਉਣ ਲੱਗੇ ਕੁਝ ਮਹੀਨੇ ਬਾਅਦ ਤੇ ਫਿਰ ਡਿਸਾਈਡ ਕੀਤਾ ਕਿ ਓਕੇ ਬਾਡੀ ਬਿਲਡਿੰਗ ਵਾਲੇ ਪਾਸੇ ਜਾ ਕੇ ਕੰਪੀਟ ਕਰਕੇ ਦੇਖਦੇ ਆ ਕਿਵੇਂ ਦਾ ਜਿਹੜਾ ਹੈਗਾ ਆ ਫੀਲ ਹੁੰਦਾ ਆ ਉੱਤੇ ਇੱਕ ਵੱਖਰੀ ਫੀਲਿੰਗ ਸ ਇੱਕ ਵੱਖਰਾ ਕੈਲੋਕ ਐਟਮੋਸਫੀਅਰ ਹੈਗਾ ਤੇ ਤੁਹਾਡੀ ਬੋਡੀ ਫੈਟ ਆ ਸਾਰਾ ਕੁਝ ਫੈਟ ਆ ਤੁਹਾਡੀ ਮੈਂਟਲ ਹੈਲਥ ਵਧੀਆ ਆ ਤੁਹਾਨੂੰ ਪਤਾ ਕਿੰਨੇ ਲੋਕ ਕੋਵਿਡ ਦੇ ਵਿੱਚੋਂ ਨਿਕਲੇ ਨੇ ਪਰ ਇੱਕ ਇਹ ਰਸਤਾ ਸਗਾ ਜਿਸ ਨੇ ਮੇਰੀ ਜਿਹੜੀ ਮੈਂਟਲ ਹੈਲਥ ਆ ਉਹਨੂੰ ਬਹੁਤ ਵਧੀਆ ਰੱਖਿਆ ਤੇ ਇਹ ਮਤਲਬ ਜਿਮ ਸਾਰੇ ਆਮ ਤੌਰ ਦੇ ਉੱਤੇ ਜਾਂਦੇ ਆ ਫਿਟਨੈਸ ਦੇ ਲਈ ਇੱਕ ਸਾਡੀ ਆਪਣੀ ਉਮਰ ਵਾਰੀ ਦੱਸਿਓ ਤੇ ਕੀ ਐਸ ਉਮਰ ਤੇ ਇਹ ਕਿੰਨਾ ਔਖਾ ਹੁੰਦਾ ਪ੍ਰੋਫੈਸ਼ਨਲ ਬੋਡੀ ਬਿਲਡਿੰਗ ਕਰਨੀ ਭਾਜੀ ਉਮਰ ਤਾਂ ਸਿਰਫ ਇੱਕ ਨੰਬਰ ਆ ਕੋਈ ਵੀ ਬੰਦਾ ਜਿਹੜਾ ਹੈਗਾ ਨਾ ਕਿਸੇ ਉਮਰ ਦੇ ਵਿੱਚ ਵੀ ਪ੍ਰੋਪਰ ਜਿ ਨਿਊਟ੍ਰੀਸ਼ਨ ਸ਼ੁਰੂ ਕਰ ਦਵੇ ਡਾਈਟ ਸ਼ੁਰੂ ਕਰ ਦਵੇ ਆਪਣਾ ਐਕਸਰਸਾਈਜ਼ ਸ਼ੁਰੂ ਕਰ ਲਵੇ ਉਹਨੇ within 6 ਮਹੀਨਿਆਂ ਤੋਂ ਲੈ ਕੇ 8 ਕਿ ਮਹੀਨਿਆਂ ਚ ਵਧੀਆ ਹੋ ਜਾਣਾ ਸੋਚ ਇਦਾਂ ਨਹੀਂ ਹੋ ਸਕਦਾ ਕਿ ਤੁਸੀਂ ਹਫ਼ਤਾ ਫੂਡ ਸਹੀ ਖਾ ਲਿਆ ਹਫ਼ਤਾ ਗਲਤ ਖਾ ਲਿਆ ਜਿਹੜਾ ਇਹਦਾ ਰਿਜ਼ਲਟ ਆ ਇਹ ਇੱਕਦਮ ਨਹੀਂ ਆਉਣਾ ਇਹ ਮਹੀਨਿਆਂ ਬੱਧੀ ਆਉਣਿਆ ਜਦੋਂ ਇੱਕ ਵਾਰ ਰਿਜ਼ਲਟ ਆਉਣ ਲੱਗ ਗਿਆ ਫਿਰ ਤਾਂ ਜਿਹੜੀ ਬਾਡੀ ਦੀ ਚੇਂਜ ਆ ਉਹ ਐਵਰੀ ਡੇ ਚੇਂਜ ਆ ਸੋ ਤਾਨੂੰ ਜਾਣਾ ਪੈਣਾ ਨਾਲ ਦੀ ਨਾਲ ਹੀ process follow ਕਰਨਾ ਪੈਣਾ ਤਾਂ ਜਿਹੜਾ ਲੈਵਲ ਆਫ ਕੰਫੀਡੈਂਸ ਹੈ ਪੇਸ਼ੈਂਸ ਆ ਪੇਸ਼ੈਂਸ ਮੈਂ ਕਹਾਂਗਾ ਕਿ ਤੁਹਾਡੇ ਚ ਬਹੁਤ ਜ਼ਿਆਦਾ ਹੋਣੀ ਚਾਹੀਦੀ ਆ ਜੇ ਤੁਸੀਂ ਇਧਰਲੇ ਪਾਸੇ ਆਉਣਾ ਪਰ ਇਹ ਤੁਹਾਨੂੰ ਜਿਹੜੀ ਇੱਕ ਅਹਿਜੀ ਚੀਜ਼ ਤੁਹਾਨੂੰ ਪੇਸ਼ੈਂਸ ਸਿਖਾ ਦਿੰਦੀ ਆ ਹਾਂਜੀ ਇਹਦੇ ਨਾਲ ਹੁਣ ਤੁਸੀਂ ਜਿਹੜਾ ਵਿਕਟੋਰੀਆ ਕੰਪੀਟੀਸ਼ਨ ਲੜਕੇ ਆ ਉਹਦੇ ਬਾਰੇ ਥੋੜਾ ਜਿਹਾ ਦੱਸੋਗੇ ਉਹ ਕੀ ਸੀਗਾ ਵਿਕਟੋਰੀਆ ਜਿਹੜਾ ਸੀ ਕੰਪੀਟੀਸ਼ਨ ਕੰਪਲੀਟ ਕੀਤਾ ਸੀਗਾ ਤਾਂ ਨਾਮ ਸੀਗਾ ਬੈਨ ਆਇਲੈਂਡ ਸ਼ੋ ਤੇ ਮੇਰਾ ਪਹਿਲਾ ਹੀ ਸ਼ੋ ਸੀਗਾ ਤੇ ਉਹਦੇ ਵਿੱਚ ਜਿਵੇਂ men's classic fizic ਆਪਣਾ ਕੁੜੀਆਂ ਦਾ ਸੀਗਾ ਇਵੈਂਟ ਮੁੰਡਿਆਂ ਦਾ ਸੀਗਾ ਤੇ ਜਿਹੜੀ ਕੈਟਾਗਰੀ ਚ ਮੈਂ ਕੰਪੀਟ ਕੀਤਾ ਸੀਗਾ ਉਹ ਸੀਗੀ ਮੈਨਸ ਫਿਜ਼ਿਕ ਜਿਹਦੇ ਵਿੱਚ ਕਿ ਉਹ ਦੇਖਦੇ ਨੇ ਕਿ ਜਿਹੜੀ ਬਾਡੀ ਆ ਕਿੰਨੀ ਸ਼ਾਰਪ ਆ ਮਸਲ ਕਿੰਨੇ ਲੀਨ ਨੇ ਤੇ ਬੰਦਾ ਦੇਖਣ ਨੂੰ ਲੁੱਕ ਵਾਈਸ ਕਦਾ ਲੱਗਦਾ ਆ ਸੋ ਇਹੀ ਕੰਪੀਟੀਸ਼ਨ ਉੱਤੇ ਹੋਇਆ ਇਹ ਕੋਈ ਬੰਦਾ ਤੁਸੀਂ ਪਹਿਲਾਂ ਫਿਟਨੈਸ ਕਰਦੇ ਰਹੇ ਹੋ ਜਿਹੜਾ ਨਹੀਂ ਕਦੇ ਜਿਮ ਵਗੈਰਾ ਗਿਆ ਜਾਂ ਅਨਫਿਟ ਆ ਸੋਚ ਸਕਦਾ 100% ਸੋ ਸਕਦਾ ਭਾਜੀ ਕਿਉਂਕਿ ਇਹ ਤਾਂ ਇੱਕ ਇਹੋ ਜਿਹੀ ਚੀਜ਼ ਆ ਕਿ ਤੁਸੀਂ ਕਿਸੇ ਉਮਰ ਦੇ ਵਿੱਚ ਕਿਸੇ ਵੇਲੇ ਵੀ ਸ਼ੁਰੂ ਕਰ ਸਕਦੇ ਹੋ ਤੇ ਇਦਾਂ ਨਹੀਂ ਹੈਗਾ ਕਿ ਓਕੇ ਦੂਜਾ ਕੋਈ ਜਾਦੇ ਫੈਟਾ ਤੇ ਮੈਂ ਘੱਟ ਫੈਟਾ ਇਦਾਂ ਨਹੀਂ ਹੈਗਾ ਜਦੋਂ ਵੀ ਜਿਹੜਾ ਬੰਦਾ ਸ਼ੁਰੂ ਕਰੂਗਾ ਉਹਨਾਂ ਰਿਜ਼ਲਟ ਆਉਣਾ ਹੀ ਆਉਣਾ ਹੌਲੀ ਹੌਲੀ ਕਿੰਨੇ ਕ ਘੰਟੇ ਰੋਜ਼ ਕਰਨਾ ਪੈਂਦਾ ਲੋਕਾਂ ਕੋਲੇ ਸਮਾਂ ਹੈ ਨਹੀਂ ਕਿੰਨਾ ਕ ਸਮਾਂ ਚਾਹੀਦਾ ਹੁੰਦਾ ਔਰ ਕਿੰਨਾ ਕ ਡਿਸਪਲਨ ਰਹਿਣਾ ਪੈਂਦਾ ਡਾਈਟ ਲਈ ਜਾਂ ਦੂਜੀਆਂ ਚੀਜ਼ਾਂ ਲਈ ਜਿਹੜੇ ਬਿਲਕੁਲ ਬੀਗਨਰ ਨੇ ਉਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਉਹ ਉਹਨਾਂ ਵਾਸਤੇ 1 ਘੰਟਾ ਬਹੁਤ ਆ ਮਤਲਬ ਅੱਧਾ ਘੰਟਾ ਤੁਰ ਲਏ ਯਾ ਕਾਰਡੀਓ ਕਰ ਲਈ ਸਟੈਪ ਮਾਸਟਰ ਕਰ ਲਿਆ ਅੱਧਾ ਘੰਟਾ ਵਰਕਆਊਟ ਕਰ ਲਿਆ ਫੁੱਲ ਬੋਡੀ ਵਰਕਆਊਟ ਜਿਹਦੇ ਨਾਲ ਕੀ ਹੌਲੀ ਹੌਲੀ ਬੋਡੀ ਪ੍ਰੋਟੀਨ ਚ ਆ ਜਾਂਦੀ ਆ ਤੇ ਜਦੋਂ ਇੱਕ ਵਾਰੀ ਬੋਡੀ ਰੂਟੀਨ ਚ ਆ ਗਈ ਫਿਰ ਤੁਸੀਂ ਹੌਲੀ ਹੌਲੀ ਡੇਢ ਘੰਟਾ ਵੀ ਕੱਢ ਸਕਦੇ ਹੋ ਤੇ ਜਿਹੜਾ ਫੂਡ ਦਾ ਪ੍ਰੋਸੈਸ ਆ ਉਹ ਜਿੰਨੀ ਛੇਤੀ ਤੁਸੀਂ ਉਹਨੂੰ ਪ੍ਰੋਪਰ ਫਾਲੋ ਕਰੋਗੇ ਆਪਣੇ ਆਪ ਨੂੰ ਦੇਖੋਗੇ ਮੇਰਾ ਭਾਰ ਕਿੰਨਾ ਮੈਂ ਕਿੰਨਾ ਫੂਡ ਖਾਣਾ ਦਿਨ ਚ ਕਿੰਨੀ ਵਾਰੀ ਖਾਣਾ ਹੁੰਦਾ ਕਿ ਕਈ ਜਣੇ ਕਹਿੰਦੇ ਕਿ ਮੈਂ ਘੱਟ ਖਾਣਾ ਮੇਰਾ ਭਾਰ ਜੜਾ ਘਟਜੂ ਘੱਟ ਖਾਣ ਨਾਲ ਭਾਰ ਨਹੀਂ ਘਟਦਾ ਤੁਹਾਡੀ ਜਿਹੜੀ ਉਮਰ ਆ ਉਹ ਐਕ ਜਾਂਦੀ ਲੱਗਦੀ ਹੈ ਕਿਉਂਕਿ ਤੁਸੀਂ ਆਪਣੀ ਬਾਡੀ ਨੂੰ ਨਿਊਟ੍ਰੀਸ਼ਨ ਨਹੀਂ ਦੇ ਰਹੇ ਫੂਡ ਨਹੀਂ ਦੇ ਰਹੇ ਪ੍ਰੋਟੀਨ ਨਹੀਂ ਦੇ ਰਹੇ ਸੋ ਸਾਰਾ ਹੀ ਬਹੁਤ ਜ਼ਿਆਦਾ ਜ਼ਰੂਰੀ ਹੈ ਬਾਡੀ ਨੂੰ ਫੂਡ ਦੇਣਾ ਪ੍ਰੋਟੀਨ ਦੇਣਾ ਕੀ ਕੀ ਅੰਦਰ ਚਾਹੀਦਾ ਹੈ ਤੁਹਾਡੀ ਬਾਡੀ ਦੇ ਸੋ ਉਹ ਫਾਲੋ ਕਰਨ ਵਾਲਾ ਪ੍ਰੋਸੈਸ ਹੀ ਆ ਬਸ ਹੁਣ ਫੀਲ ਕਿਦਾਂ ਹੁੰਦਾ ਜਦੋਂ ਮਤਲਬ ਪ੍ਰੋਫੈਸ਼ਨਲ ਇੱਕ ਤਰ੍ਹਾਂ ਬਾਡੀ ਬਿਲਡਿੰਗ ਤੁਸੀ ਕਰ ਰਹੇ ਹੋ ਤਾਂ ਲੋਕ ਦੇਖ ਰਹੇ ਆ ਤੁਹਾਨੂੰ ਇਹ ਕਿਦਾਂ ਦੀ ਫੀਲਿੰਗ ਪਾਜੀ ਇਹ ਇਹ ਨਾ ਇੱਕ ਕਹਿ ਲਓ ਕਿ ਮੈਂ ਜਦੋਂ ਕੰਪੀਟ ਕਰਦਾ ਹੁੰਦਾ ਇਸ ਸਟੇਜ ਦੇ ਉੱਤੇ ਭੰਗੜੇ ਦੇ ਵਿੱਚ ਏ ਸੇਮ ਫੀਲਿੰਗ ਆ ਜਿਹੜੀ ਖੁਸ਼ੀ ਉਦੋਂ ਮਿਲਦੀ ਸੀ ਨਾ ਕੰਪੀਟ ਕਰਦੇ ਹੋਏ ਉਹ ਸੇਮ ਖੁਸ਼ੀ ਹੁਣ ਮਿਲਦੀ ਆ ਕਿਉਂਕਿ ਭੰਗੜੇ ਵਾਲੇ ਪਾਸੇ ਤਾਂ ਮੈਂ ਹੁਣ ਕੰਪੀਟ ਕਰਦਾ ਨਹੀਂ ਐਸ ਅਕੈਡਮੀ ਹਨਰ ਮੇਰੇ ਟੀਮਾਂ ਕੰਪੀਟ ਕਰਦੀਆਂ ਨੇ ਤੇ ਪਿਛਲੇ ਆਲਮੋਸਟ 10 11 ਸਾਲ ਤੋਂ ਮੈਂ ਕੰਪੀਟ ਨਹੀਂ ਸੀ ਕੀਤਾ ਸੋ 10 11 ਸਾਲਾਂ ਬਾਅਦ ਮੈਂ ਕੰਪੀਟ ਕੀਤਾ ਜਿਹੜੀ ਫੀਲਿੰਗ ਐ ਐਗਜ਼ੈਕਟਲੀ ਸੇਮ ਆ ਉਸ ਵੇਲੇ ਵੀ ਉਦਾਂ ਹੀ ਮਿਹਨਤ ਕਰਦੇ ਸੀ ਤਿੰਨ ਚਾਰ ਮਹੀਨੇ ਪੂਏ ਲਾ ਕੇ ਠੋਕੇ ਮਿਹਨਤ ਕਰਨੀ ਫੇਸੇ ਹੀ ਤੇ ਚੜਨਾ ਇੱਥੇ ਵੀ ਇਦਾਂ ਹੀ ਆ ਇੱਥੇ ਥੋੜੀ ਜਿਹੀ ਮਿਹਨਤ ਵਧ ਕਰਨ ਇਹਦੇ ਲਈ ਕੋਚ ਚਾਹੀਦਾ ਹੁੰਦਾ ਡਾਈਟ ਪਲਾਨ ਪ੍ਰੋਪਰ ਚਾਹੀਦੇ ਹੁੰਦੇ ਜਾਂ ਇਹਦਾ ਖਰਚਾ ਕੋਈ ਬਹੁਤ ਜ਼ਿਆਦਾ ਹੁੰਦਾ ਭਾਜੀ ਜਿਹੜਾ ਹੈਗਾ ਆ ਤੁਹਾਨੂੰ ਕੋਚ ਤਾਂ 100% ਚਾਹੀਦਾ ਆ ਕੋਈ ਵੀ ਫੀਲਡ ਆ ਨਾ ਚਾਹੇ ਹੋ ਹਾਕੀ ਆ ਚਾਹੇ ਹੋ ਬਾਡੀ ਬਿਲਡਿੰਗ ਆ ਚਾਹੇ ਹੋ ਪੰਗੜਾ ਆ ਚਾਹੇ ਕੋਈ ਵੀ ਚੀਜ਼ ਆ ਤੁਹਾਨੂੰ ਉਹਦੇ ਚ ਕੋਚ ਚਾਹੀਦਾ ਹੀ ਚਾਹੀਦਾ ਕਿਉਂਕਿ ਜਿਹੜਾ ਕੋਚ ਉਹਨੇ ਮਾਨੀਟਰ ਕਰਨਾ ਤੁਹਾਡੀ ਬਾਡੀ ਨੂੰ ਉਹ ਦੇਖ ਕੇ ਦੱਸੂਗਾ ਕਿ ਆਪਾਂ ਕੀ ਖਾਣਾ ਕੀ ਨਹੀਂ ਖਾਣਾ ਕਿੱਦਾਂ ਕਿੱਦਾਂ ਤੁਹਾਨੂੰ ਉਹਨੇ ਈਵੈਲਿਊਏਟ ਕਰਨਾ ਆ ਸੋ ਮੇਰੇ ਜਿਹੜੇ ਕੋਚ ਸੀਗੇ ਮੈਨੂੰ ਹਰ ਇੱਕ ਹਫਤੇ ਫਾਲੋਅ ਅਪ ਕਰਦੇ ਸੀ ਪਰ ਜਦੋਂ ਮੇਰਾ ਕੰਪੀਟੀਸ਼ਨ ਲੱਗ ਗਿਆ ਆ ਗਿਆ ਫਿਰ ਅਸੀਂ ਪਿਛਲੇ 2 2.5 ਹਫਤੇ ਐਵਰੀ ਡੇ ਮਾਨੀਟਰ ਕੀਤਾ ਤੇ ਇਹ ਜਿਹੜਾ ਮਤਲਬ ਤੁਸੀਂ ਪਹਿਲਾਂ ਵੀ ਜਦੋਂ ਤੁਸੀਂ ਕੰਪੀਟੀਸ਼ਨ ਦੇ ਵਿੱਚ ਸੀਗੇ ਭੰਗੜੇ ਦਾ ਕੰਪੀਟੀਸ਼ਨ ਕਰਦੇ ਸੀ ਜਾਂ ਹੁਣ ਇਹ ਕੰਪੀਟੀਸ਼ਨ ਕਰ ਰਹੇ ਹੋ ਪਹਿਲਾਂ ਤੁਸੀਂ ਅਨਫਿਟ ਨਹੀਂ ਸੀਗੇ ਜਿਵੇਂ ਤੁਸੀਂ ਪਹਿਲਾਂ ਤੋਂ ਜਾਣਦੇ ਸੀ ਪਰ ਉਹ ਪੁਆਇੰਟ ਕਿਹੜਾ ਸੀ ਜਿੱਥੇ ਤੁਹਾਨੂੰ ਲੱਗਿਆ ਵੀ ਮੈਨੂੰ ਬੋਡੀ ਬਿਲਡਿੰਗ ਵੱਲ ਜਾਣਾ ਚਾਹੀਦਾ ਭਾਜੀ ਜਦੋਂ ਕੋਵਿਡ ਦਾ ਟਾਈਮ ਆਇਆ ਨਾ ਉਦੋਂ ਬਹੁਤ ਲੋਕਾਂ ਦੀ ਮੈਂਟਲ ਹੈਲਥ ਅਪ ਐਂਡ ਡਾਊਨ ਹੋਈ ਆ ਉਹਨਾਂ ਦੇ ਵਿੱਚ ਇੱਕ ਮੈਂ ਵੀ ਬੰਦਾ ਸੀ ਵੀ ਜਿਹਦੀ ਹੋਈ ਆ ਪਰ ਜਿੰਨੇ ਮੇਰੇ ਇੱਥੇ ਫਰੈਂਡ ਸਰਕਲ ਚ ਮੁੰਡੇ ਆਉਂਦੇ ਨੇ ਆ ਜਿਹੜਾ ਮੇਰਾ ਦੋਸਤ ਆ ਕੀਰਤ ਉਹ ਪਿਛਲੇ ਕਿੰਨੇ ਸਾਲਾਂ ਤੋਂ ਕੰਪੀਟ ਵੀ ਕਰਦਾ ਆ ਤੇ ਇੱਥੇ ਵੀ ਆਉਂਦਾ ਆ ਲਾ ਐਨਫੋਰਸਮੈਂਟ ਆਫੀਸਰ ਆ ਤੇ ਉਹਨੇ ਹੌਲੀ ਹੌਲੀ ਮੈਨੂੰ ਗਾਈਡ ਕੀਤਾ ਕਿ ਨਹੀਂ ਤੂੰ ਇੱਥੇ ਆਇਆ ਕਰ ਇਹਦੇ ਨਾਲ ਫਰਕ ਪੈ ਜਾਊਗਾ ਉਹ ਜਿਹੜੇ ਕਹਿ ਲੋ ਕਿ ਇੱਕ ਮੈਂਟਲ ਹੈਲਥ ਵਾਲਾ ਫਿਕਸ ਕਰਦੇ 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 ਮਾਈਂਡ ਸੈਟ ਅਪ ਹੋ ਗਿਆ ਕਿ ਨਹੀਂ ਹੁਣ ਬਸ ਇੱਕ ਚੀਜ਼ ਹੈਗੀ ਆ ਇਹ ਕਰਨੀ ਆ ਤੇ ਇਹਦੇ ਵਿੱਚ ਅੱਗੇ ਜਾਣਾ ਆ ਤੁਸੀਂ ਪਹਿਲਾਂ ਜ਼ਿਕਰ ਕੀਤਾ ਵੀ ਤੁਹਾਡੀ ਮਾਨਸਿਕ ਸਿਹਤ ਦੇ ਉੱਤੇ ਵੀ ਇਹਦਾ ਚੰਗਾ ਅਸਰ ਪੈਂਦਾ ਜੇਕਰ ਸਰੀਰ ਸਹੀ ਹੈ ਤੁਹਾਡੀ ਮਾਨਸਿਕ ਸਿਹਤ 'ਚ ਕੀ ਤਬਦੀਲੀ ਆਈ ਇਹਦੇ ਨਾਲ ਕੋਈ ਤੁਹਾਨੂੰ ਮਹਿਸੂਸ ਹੁੰਦਾ ਵੀ ਪਹਿਲਾਂ ਨਾਲੋਂ ਸੁਭਾਅ ਬਦਲ ਗਿਆ ਹਾਂਜੀ ਪਾਜੀ ਇਹਦੇ ਵਿੱਚ ਇੱਕ ਤਾਂ ਤੁਹਾਨੂੰ ਪੋਜ਼ਿਟਿਵ એનર્ਜੀ ਬਹੁਤ ਮਿਲਦੀ ਹੈ ਤੇ ਦੂਜੇ ਨੰਬਰ ਦੇ ਉੱਤੇ ਤੁਹਾਨੂੰ ਨਾ ਪੇਸ਼ੈਂਸ ਜਿਹੜੀ ਚੀਜ਼ ਸਿਖਾਉਂਦੀ ਹੈ ਬਹੁਤ ਜ਼ਿਆਦੇ ਇੱਕ ਤਾਂ ਹੁੰਦਾ ਕਿ ਤੁਸੀਂ ਕੋਈ ਚੀਜ਼ ਲਈ ਤੇ ਤੁਹਾਨੂੰ ਪੈਸੇ ਦਿੱਤੇ ਮਿਲ ਗਈ ਇਹ ਚ ਇਦਾਂ ਆ ਤੁਸੀਂ ਪੈਸੇ ਦੇ ਦਿੱਤੇ ਉਹਦਾ ਰਿਜ਼ਲਟ ਹੌਲੀ 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 ਆਉਣਾ ਤੇ ਉਹ ਜਿਹੜਾ ਹੌਲੀ ਹੌਲੀ ਰਿਜ਼ਲਟ ਆਉਣਾ ਆ ਉਹ ਇੱਕ ਚਾਬੀ ਆ ਤੁਹਾਡੀ ਪੇਸ਼ੈਂਸ ਦੀ ਤੇ ਜਿਹੜਾ ਬੰਦਾ ਪ੍ਰੋਸੈਸ ਚੋਂ ਨਿਕਲ ਜਾਂਦਾ ਆ ਉਹ ਬਹੁਤ ਜ਼ਿਆਦਾ ਕਾਮ ਹੁੰਦਾ ਆ ਸੋ ਜਿੰਨੇ ਵੀ ਮੈਂ ਬਾਡੀ ਬਿਲਡਰਾਂ ਨੂੰ ਉੱਤੇ ਮਿਲਿਆ ਹੋਊਗਾ ਜਿਨ੍ਹਾਂ ਨੇ ਕੰਪੀਟ ਕੀਤਾ ਆ ਡਸਨਟ ਮੈਟਰ ਉਹ ਦੇਖਣ ਨੂੰ ਕਿੰਨੇ ਵੱਡੇ ਲੱਗਦੇ ਆ ਕਿੰਨੇ ਵੱਡੇ ਉਹਨਾਂ ਦੇ ਡੋਲੇ ਨੇ ਪਰ ਬਹੁਤ ਕਾਮ ਨੇ ਜਦੋਂ ਉਹਨਾਂ ਨਾਲ ਗੱਲ ਕਰਦੇ ਆ ਬੰਦਾ ਕਹਿ ਵੀ ਨਹੀਂ ਸਕਦਾ ਕਿ ਯਾਰ ਵੀ ਇਹ ਐਗਰੈਸਿਵ ਹੋਣਗੇ ਜਾਂ ਇਹ ਬਾਡੀ ਬਿਲਡਰ ਨੇ ਕਿਉਂਕਿ ਉਹ ਉਸ ਪ੍ਰੋਸੈਸ 'ਚ ਇੰਨੇ ਚਰਤੋਂ ਨੇ ਨਾ ਉਹਨਾਂ ਦੀ ਬਾਡੀ ਲੈਂਗੁਏਜ ਕੀ ਉਹਨਾਂ ਦਾ ਮਾਈਂਡ ਕਿੰਨਾ ਕਾਮ ਹੁੰਦਾ ਹੈਲਪਫਲ ਹੁੰਦੇ ਆ ਸ ਇੱਕ ਇਹਦੇ ਵਿੱਚ ਇਹ ਦੱਸਿਓ ਕਿ ਬਹੁਤੇ ਲੋਕਾਂ ਦੇ ਵਿੱਚ ਇੱਕ ਪੁਆਇੰਟ ਆਉਂਦਾ ਜਿੱਥੇ ਚਾਹੁੰਦੇ ਤਾਂ ਤੁਹਾਡੇ ਵਰਗਾ ਬਣਨਾ ਆ ਇਹ ਵੀ ਸੁਪਨਾ ਲੈਂਦੇ ਵੀ ਅਸੀਂ ਜਿੰਮ ਜਾਈਏ ਐਕਸਰਸਾਈਜ਼ ਕਰੀਏ ਪਰ ਸਵੇਰੇ ਜਦੋਂ ਉੱਠਣਾ ਹੁੰਦਾ ਫਿਰ ਕੁਛ ਨਾ ਕੁਛ ਰੋਕ ਦਿੰਦਾ ਵੀ ਛੱਡ ਅੱਜ ਨਹੀਂ ਕੱਲ ਨੂੰ ਉਹਨੂੰ ਬ੍ਰੇਕ ਅਪ ਕਿਦਾਂ ਕਰਦੇ ਹੋ ਤੁਹਾਡੇ ਤੇ ਵੀ ਇਹ ਸਮਾਂ ਆਉਂਦਾ ਸੀ ਮੇਰੇ ਤੇ ਭਾਜੀ ਇਹ ਸਮਾਂ ਆਇਆ ਆ ਮੈਂ ਝੂਠ ਨਹੀਂ ਬੋਲਣਾ ਇੱਕ ਟਾਈਮ ਐਦਾਂ ਦਾ ਸੀ ਕਿ ਮੈਂ ਕਿਹਾ ਵੀ ਕਿੱਥੇ ਪੰਗਾ ਲੈ ਲਿਆ ਛੱਡ ਪਰੇ ਪਰ ਹੁੰਦਾ ਕੀ ਹੈ ਜਦੋਂ ਤੁਸੀਂ ਨਾਲ-ਨਾਲ ਵੀਡੀਓਜ਼ ਵਾਚ ਕਰਦੇ ਹੋ ਕਿਸੇ ਹੋਰ ਨੂੰ ਦੇਖਦੇ ਹੋ ਜਾਂ ਮੋਟੀਵੇਸ਼ਨਲ ਵੀਡੀਓਜ਼ ਦੇਖਦੇ ਹੋ ਮੈਨੂੰ ਨਾਮ ਨਹੀਂ ਯਾਦ ਆਉਂਦਾ ਉਹਨਾਂ ਦਾ ਇੱਕ ਬੋਡੀ ਬਿਲਡਰ ਸੀਗੇ ਜਿਹੜੇ ਕਿ ਮਿਸਟਰ 올ੰਪੀਆ ਬਣੇ ਆ ਆਪਣਾ ਗੋਰਾ ਸੀਗਾ ਤੇ ਉਹਦੀ ਮੈਂ ਵੀਡੀਓ ਵਾਚ ਕਰਦਾ ਸੀ ਉਹ ਕਹਿੰਦਾ ਵੀ ਦੋ ਹਫ਼ਤੇ ਪਹਿਲਾਂ ਮੈਂ ਗਿਵ ਅਪ ਕਰਨ ਲੱਗਾ ਸੀਗਾ ਵੀ ਮੇਰੇ ਤੋਂ ਹੋਣਾ ਨਹੀਂ ਕਹਿੰਦਾ ਪਰ ਮੈਨੂੰ ਇੱਕ ਕਹਿ ਲੋ ਕਿ ਫੋਰਸਫੁਲੀ ਮੈਸੇਜ ਹੈਗਾ ਕਿ ਨਹੀਂ ਦੋ ਹਫ਼ਤੇ ਰਹਿ ਕੇ ਕਰ ਲਾ ਕਰ ਲਾ ਕਰ ਲਾ ਤੇ ਕਹਿੰਦਾ ਮੈਂ ਮਿਸਟਰ 올ੰਪੀਆ ਬਣ ਗਿਆ ਉਹ ਵੀਡੀਓ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ ਮੈਂ ਕਿਹਾ ਓਕੇ ਜੇ ਬੰਦਾ ਇੱਡਾ ਵੱਡਾ ਬੰਦਾ ਮਤਲਬ ਇੰਨੇ ਸਾਲਾਂ ਤੋਂ ਕੰਪੀਟ ਕਰਦਾ ਆ ਇਹਦਾ ਮਾਈਂਡ ਜਿਹੜਾ ਇਹਨੂੰ ਗਿਵ ਅਪ ਕਰਨ ਨੂੰ ਕਹਿੰਦਾ ਪਰ ਉਹ ਫੇਰ ਵੀ ਕਹ ਤੇ ਮੈਗ ਨਹੀਂ ਕਰ ਸਕਦਾ ਸੋ ਮੈਂ ਹਰੋ ਸਵੇਰੇ 4 ਵਜੇ ਉੱਠਦਾ ਸੀਗਾ ਪਿਛਲੇ 3 ਮਹੀਨਿਆਂ ਤੋਂ ਸਵੇਰੇ ਕਾਰਡੀਓ ਕਰਦਾ ਸੀਗਾ ਤੇ ਫਿਰ ਘਰੇ ਜਾ ਕੇ ਦੁਬਾਰਾ ਸੌ ਜਾਣਾ ਖਾ ਪੀ ਕੇ 4 ਘੰਟਿਆਂ ਬਾਅਦ ਜੈਮ ਫੇਰ ਆ ਜਾਣਾ 2 ਘੰਟੇ ਜੈਮ ਲਾ ਕੇ ਤੇ ਫਿਰ ਆਪਣਾ ਕੰਮ ਤੇ ਚੱਲ ਜਾਣਾ ਸੋ ਇੱਕ ਪ੍ਰੋਸੈਸ ਸੀਗਾ ਕਿ ਜਿਹੜਾ ਮੈਂ ਫਾਲੋ ਕੀਤਾ ਤੇ ਮੈਂ ਆਪਣੇ ਕੋਚ ਨੂੰ ਬਾਰ-ਬਾਰ ਕਹਿੰਦਾ ਸੀਗਾ ਕਿ ਜਿਹੜਾ ਸਪਰਟ ਕਾਰਡੀਓ ਸਿਸਟਮ ਆ ਵੀ अर्ਲੀ ਮਾਰਨਿੰਗ ਵਾਲਾ ਇਹਨੂੰ ਕੱਟਦੇ ਬਾਅਦ ਮੇਰੇ ਤੋਂ ਹੁੰਦੀ ਹੀ ਨਹੀਂ ਉਹ ਕਹਿੰਦਾ ਸੀ ਇਸ ਤੋਂ ਬਣਾ ਗੁਜ਼ਾਰਾ ਹੀ ਹੈ ਨਹੀਂ ਹੌਲੀ 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 ਜਿਹੜਾ ਤੂੰ ਕਰੇਂਗਾ ਤੂੰ ਠੀਕ ਹੋ ਜਾਣਾ ਹੁਣ ਤੁਸੀਂ ਇਹ ਦੇਖ ਲਓ ਕਿ ਮੇਰਾ ਕੰਪੀਟੀਸ਼ਨ ਵੀ ਹੋ ਗਿਆ ਸਾਰਾ ਕੁਝ ਹੋ ਗਿਆ ਮੇਰੀ ਹੈਬਿਟ ਇਦਾਂ ਦੀ ਬਣੀ ਹੈ ਕਿ ਸਵੇਰੇ ਮੈਂ 4 ਵਜੇ ਆਪੇ ਉੱਠ ਜਾਣਾ ਆਪੇ ਕਾਰਡੀਓ ਕਰਨ ਚੱਲ ਜਾਣਾ ਤੇ ਫਿਰ ਦੁਬਾਰਾ ਜੈਮ ਹੋਣਾ ਇਹ ਇੱਕ ਹੋਰ ਦੱਸਦੇ ਕਿ ਇਹ ਬੋਡੀ ਬਿਲਡਿੰਗ ਖਾਸ ਤੌਰ ਤੇ ਇੱਕ ਭਗਤੀ ਆ ਵੀ ਤੁਸੀਂ ਪਕੌੜੇ ਵੀ ਨਹੀਂ ਖਾ ਸਕਦੇ ਤੁਸੀਂ ਆਈਸਕ੍ਰੀਮ ਵੀ ਨਹੀਂ ਖਾ ਸਕਦੇ ਜਲੇਬੀਆਂ ਵੀ ਨਹੀਂ ਖਾ ਸਕਦੇ ਉਹਨੂੰ ਕਿੱਦਾਂ ਰੋਕਦੇ ਆ ਪਾਜੀ ਇਦਾਂ ਹੁੰਦਾ ਕਿ ਤੁਹਾਨੂੰ ਮੋਨੀਟਰ ਕਰਨਾ ਪੈਂਦਾ ਮੈਨੇਜ ਕਰਨਾ ਪੈਂਦਾ ਇਦਾਂ ਨਹੀਂ ਹੈਗਾ ਕਿ ਤੁਸੀਂ ਬਿਲਕੁਲ ਹੀ ਨਹੀਂ ਖਾ ਸਕਦੇ ਹਾਂ ਜਦੋਂ ਅਸੀਂ ਕੰਪੀਟ ਕਰਨਾ ਆ ਤਿੰਨ ਮਹੀਨੇ ਜਿਹੜੇ ਹੈਗੇ ਨੇ ਉਹ ਫੁੱਲ ਡੈਡੀਕੇਸ਼ਨ ਆ ਉਦੋਂ ਨਹੀਂ ਖਾ ਸਕਦੇ ਪਰ ਜਦੋਂ ਤੁਸੀਂ ਆਫ ਸੀਜ਼ਨ ਉਹ ਕੰਪੀਟ ਨਹੀਂ ਕਰਨਾ ਤੁਹਾਡਾ ਦਿਲ ਕਰਾ ਥੋੜਾ ਬਤ ਤੁਸੀਂ ਖਾ ਸਕਦੇ ਕੋਈ ਬਿਗ ਡੀਲ ਨਹੀਂ ਗਈ ਸਿਰਫ ਮੋਨੀਟਰ ਕਰਨਾ ਕਿ ਕਿਉਂ ਮੈਂ ਕਿੰਨਾ ਖਾਦਾ ਹੁਣ ਇਦਾਂ ਨਹੀਂ ਹੈਗਾ ਕਿ ਤੁਸੀਂ ਕਿਤੇ ਤੇ ਸ਼ਾਪ ਤੇ ਗਏ ਤੇ ਉੱਤੇ ਪਟੂਰੇ ਆਰਡਰ ਕਰ ਲਏ ਤੇ 6 ਪਟੂਰੇ ਖਾ ਲੈ ਬੈਠੇ ਬੈਠਿਆਂ ਨੇ ਉਹ ਤਾਂ ਫੈਟ ਚ ਕਨਵਰਟ ਹੀ ਹੋਣੇ ਨੇ ਉਹ ਵੀ ਤੁਸੀਂ ਇੱਕ ਪਟੂਰਾ ਖਾਓਗੇ ਉਹਨੇ ਤੁਹਾਨੂੰ ਬਾਲਾਂ ਦਾ ਬਹੁਤ سارے ਲੋਕ ਜਿਹੜੇ ਸਾਡੇ ਵਰਗੇ ਦਿਲ ਚ ਰੱਖੀ ਬੈਠੇ ਆ ਵੀ ਤੁਹਾਡੇ ਵਰਗੀ ਸਿਹਤ ਬਣਾਉਣੀ ਆ ਪਰ ਕਿਤੇ ਨਾ ਕਿਤੇ ਫਾਲਸ ਤੇ ਘੋਲ ਵਾਲੀ ਕਾ ਬਣ ਜਾਂਦੀ ਆ ਕੀ ਕਹਿਣਾ ਚਾਹੁੰਦੇ ਆ ਸਾਡੇ ਦਰਸ਼ਕਾਂ ਨੂੰ ਮੈਂ ਭਾਜੀ ਸਾਰਿਆਂ ਨੂੰ ਇਹੀ ਐਡਵਾਈਸ ਕਰੂੰਗਾ ਕਿ ਸਭ ਤੋਂ ਪਹਿਲਾਂ ਜਿਹੜਾ ਹੈਗਾ ਆ ਆਪਣਾ ਕੋਈ ਨਾ ਕੋਈ ਜਿਮ ਜੁਆਇਨ ਕਰ ਲਓ ਕੋਈ ਐਕਟੀਵਿਟੀ ਜੁਆਇਨ ਕਰ ਲਓ ਤੇ ਆਪਣੇ ਵਾਸਤੇ ਕੋਈ ਨਾ ਕੋਈ ਇੱਕ ਪ੍ਰੋਪਰ ਜਿਹੜਾ ਕੋਚ ਹੁੰਦਾ ਆ ਉਹ ਜ਼ਰੂਰ ਹਾਇਰ ਕਰੋ ਟ੍ਰੇਨਰ ਕਿਉਂਕਿ ਟ੍ਰੇਨਰ ਨੇ ਤੁਹਾਨੂੰ ਜਿਹੜਾ ਹੈਗਾ ਗਾਈਡ ਕਰਨਾ ਹੌਲੀ 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 ਜਦੋਂ ਅਸੀਂ ਕੋਈ ਵੀ ਚੀਜ਼ ਫ੍ਰੀ ਚ ਲੱਭਦੇ ਆ ਉਹ ਕਦੇ ਵੀ ਵਰਥ ਆਊਟ ਨਹੀਂ ਹੁੰਦੀ ਆਪਾਂ ਉਹਨੂੰ ਕਦੀ ਫਾਲੋ ਨਹੀਂ ਕਰਦੇ ਪਰ ਜਦੋਂ ਤੁਹਾਨੂੰ ਪਤਾ ਕਿ ਤੁਹਾਡੀ ਜੇਬ ਚੋਂ ਪੈਸੇ ਜਾਂਦੇ ਪਏ ਨੇ ਹੈਨਾ ਤੁਸੀਂ ਕਿਸੇ ਨੂੰ ਪੇ ਕਰ ਦਿੱਤੇ ਹੋ ਆਫਕੋਰਸ ਤੁਸੀਂ ਉਹਨੂੰ ਫਾਲੋ ਕਰੋਗੇ ਤੇ ਇੱਕ ਆਪਣੇ ਆਪ ਨਾਲ ਕਮਿਟਮੈਂਟ ਆ ਕਿ ਮੈਂ ਚੀਟ ਨਹੀਂ ਕਰਨਾ ਫੂਡ ਗਲਤ ਨਹੀਂ ਖਾਣਾ ਜਦੋਂ ਤੁਸੀਂ ਫੂਡ ਗਲਤ ਖਾਓਗੇ ਤੇ ਆਪਣੇ ਕੋਚ ਨੂੰ ਕਹੋਗੇ ਕਿ ਨਹੀਂ ਵੀ ਮੈਂ ਤਾਂ ਖਾਦਾ ਹੀ ਨਹੀਂ ਕੋਸ਼ ਉਹਨੂੰ ਪਤਾ ਲੱਗ ਜਾਣਾ ਤੁਹਾਡੀ ਫੋਟੋ ਤੋਂ ਤੁਹਾਡੇ ਭਾਰ ਤੋਂ ਤੁਹਾਡੇ ਗੱਲਬਾਤ ਤੋਂ ਸੋ ਮੇਰਾ ਮੈਸੇਜ ਸਾਰਿਆਂ ਨੂੰ ਇਹੀ ਆ ਕਿ ਹੌਲੀ ਹੌਲੀ ਇਸ ਪਾਸੇ ਤੁਰੋ ਇਸ ਪਾਸੇ ਨਹੀਂ ਵੀ ਹੋਣਾ ਕੋਈ ਨਾ ਕੋਈ ਹੋਰ ਐਕਟੀਵਿਟੀ ਜੁਆਇਨ ਕਰ ਲਓ ਸੌਕਰ ਖੇਡ ਲਓ ਕਿੱਕ ਬਾਕਸਿੰਗ ਜੁਆਇਨ ਕਰ ਲਓ ਜਾਂ ਕੋਈ ਮਾਰਸ਼ਲ ਆਰਟ ਜੁਆਇਨ ਕਰ ਲਓ ਕੋਈ ਨਾ ਕੋਈ ਫਿਜ਼ੀਕਲ ਐਕਟੀਵਿਟੀ ਜੁਆਇਨ ਕਰੋ ਤਾਂ ਕਿ ਜਿਹੜੀ ਤੁਹਾਡੀ ਉਮਰ ਆ ਉਹ ਥੋੜੀ ਹੋਰ ਵਧੇ ਤੇ ਨਾਲ ਨਾਲ ਜਿਹੜਾ ਹੈਗਾ ਆ ਤੁਹਾਨੂੰ ਇੱਕ ਮੈਂਟਲ ਸੈਟੀਸਫੈਕਸ਼ਨ ਮਿਲੇ ਤੁਹਾਡੀ ਜਿਹੜੀ ਮੈਂਟਲ ਹੈਲਥ ਵਧੀਆ ਹੋਵੇ ਤੇ ਇੱਕ ਪੋਜ਼ਿਟਿਵ એનર્ਜੀ ਰਹੇ throughout the day ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨ ਥੈਂਕ ਯੂ ਭਾਜੀ ਆ ਦੋਸਤੋ ਅਸੀਂ ਗੱਲਬਾਤ ਕੀਤੀ ਹਰਦੀਪ ਸਿੰਘ ਸ਼ੋਤਾਹੋਂਾਂ ਦੇ ਨਾਲ ਦੋ ਤਿੰਨ ਗੱਲਾਂ ਕਰਕੇ ਗੱਲਬਾਤ ਬਹੁਤ ਮਹੱਤਵਪੂਰਨ ਹੈ ਇੱਕ ਤਾਂ ਗਾ ਖਾਸ ਗੱਲ ਜਿਹੜੀ ਇਹਦੇ ਵਿੱਚ ਹੈਗੀ ਹੈ ਕਿ ਬੰਦਾ ਜਦੋਂ ਇੱਕ ਫੀਲਡ ਦੇ ਵਿੱਚ ਹੁੰਦਾ ਕਿਤੇ ਜਾ ਕੇ ਉਹਨੂੰ ਲੱਗਦਾ ਕਿ ਮੈਂ ਦੂਜੇ ਫੀਲਡ ਦੇ ਵਿੱਚ ਵੀ ਜਾਣਾ ਆ ਉਹਦੀ ਇੱਕ ਪਰਫੈਕਟ ਉਦਾਹਰਣ ਇਹੇ ਨੇ ਦੂਜਾ ਜੇਕਰ ਉਮਰ ਦੇ 37 38 ਸਾਲ ਦੇ ਵਿੱਚ ਜਾ ਕੇ ਇਹ ਜਿਨ੍ਹਾਂ ਨੇ ਪਹਿਲਾਂ ਕਦੇ ਪ੍ਰੋਫੈਸ਼ਨਲ ਬੋਡੀ ਬਿਲਡਿੰਗ ਨਹੀਂ ਕੀਤੀ ਇਹ ਉਧਰਲੇ ਪਾਸੇ ਜਾ ਸਕਦੇ ਆ ਤਾਂ ਤੁਸੀਂ ਅਸੀਂ ਵੀ ਜਾ ਸਕਦੇ ਆ ਸਾਡੇ ਲਈ ਕੁਦਰਤੀ ਤੌਰ ਦੇ ਉੱਤੇ ਇਹ ਇੱਕ ਜਿਹੜੀ ਮੋਟੀਵੇਸ਼ਨ ਦਾ ਸੋਰਸ ਨੇ ਕੈਮਰਾਮੈਨ ਅਮਿਤ ਪ੍ਰੇਮੇਸ਼ਰ ਨਾਲ ਜਿਸ ਕਰਨ ਚੈਨਲ ਪੰਜਾਬੀ ਸੌਰੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ